ਲੀਡ ਕਮਲਾ ਹੈਰਿਸ ਦੀ ਹੈਗੀ ਆ, ਪਰ ਉਹ ਬੜੀ ਥੋੜ੍ਹੀ ਆ। ਅਤੇ ਇਮੀਗ੍ਰੇਸ਼ਨ ਹੋ ਗਈ ਜਾਂ ਇੱਦਾਂ ਦੇ ਮੁੱਦਿਆਂ 'ਤੇ ਐਡਵਾਂਟੇਜ ਕਮਲਾ ਹੈਰਿਸ ਦਾ ਹੈਗਾ, ਪਰ ਜਿਹੜੇ ਇਮੀਗ੍ਰੇਸ਼ਨ ਦੇ ਖਿਲਾਫ਼ ਨੇ ਉਹ ਜ਼ਿਆਦਾ ਟਰੰਪ ਨੂੰ ਲਾਈਕ ਕਰਦੇ, ਕਿਉਂਕਿ ਪੋਲਿਸੀਆਂ ਬੜੀਆਂ ਸਖਤ ਆ ਇਮੀਗ੍ਰੇਸ਼ਨ 'ਤੇ। ਸੈਨਿਕ ਹੋ ਗਏ, ਬਲੈਕਸ ਹੋ ਗਏ, ਉਹਨਾਂ ਦੇ ਵਿੱਚ ਵੀ ਕਮਲਾ ਹੈਰਿਸ ਦੀ ਜ਼ਿਆਦਾ ਜਿਹੜੀ ਹੈਗੀ ਬੜਤ ਹੈਗੀ ਆ, ਕਿਉਂਕਿ ਇਹਨਾਂ ਨੇ ਬੇਸਿਕਲੀ ਇਹ ਕਿਹਾ ਸੀ ਕਿ ਜਿਹੜੇ ਹੇਸ਼ੀਅਨ ਇਮੀਗ੍ਰੈਂਟ ਨੇ ਸਪ੍ਰਿੰਗਫੀਲਡ ਓਹਾਇਓ 'ਚ ਰਹਿੰਦੇ ਆ, ਵੀ ਲੋਕਾਂ ਦੇ ਪੈਟ ਜਿਵੇਂ ਹੁੰਦੇ ਨੇ, ਕੁੱਤੇ ਬਿੱਲੀਆਂ ਲੋਕਾਂ ਨੇ ਪਾਲਿਆ ਘਰਾਂ 'ਚ, ਵੀ ਉਹ ਮਾਰ ਕੇ ਖਾ ਜਾਂਦੇ ਆ। ਜਿਹੜੀਆਂ ਇਮੀਗ੍ਰੇਸ਼ਨ ਨੀਤੀਆਂ ਕਮਲਾ ਹੈਰਿਸ ਦੀਆਂ ਨੇ, ਉਹਨੂੰ ਇਹ ਲਾਈਕ ਕਰ ਰਹੇ ਆ। ਜਿਹੜੀ ਇਹ ਕਹਿ ਰਹੀ ਹੈ ਕਿ ਜਿਹੜੀਆਂ ਫੋਰਚੂਨ 500 ਕੰਪਨੀਜ਼ ਨੇ ਅਮਰੀਕਾ ਦੀਆਂ, ਜਿਹੜੀਆਂ ਕਿਸੇ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਕਰਦੀਆਂ, ਉਹਨਾਂ 'ਚੋਂ 46% ਕੰਪਨੀ ਜਿਹੜੀਆਂ ਨੇ 500 'ਚੋਂ 230 ਉਹ ਇਮੀਗ੍ਰੈਂਟਸ ਨੇ ਬਣਾਈਆਂ ਨੇ ਜਾਂ ਇਮੀਗ੍ਰੈਂਟਸ ਦੇ ਬੱਚਿਆਂ ਨੇ ਬਣਾਈਆਂ ਨੇ। ਕਿ ਜਿਵੇਂ ਟਰੰਪ ਕਹਿੰਦਾ ਹਰੇਕ ਵਾਰੀ ਵੀ ਇਮੀਗ੍ਰੈਂਟਸ ਦੀ ਕੋਈ ਦੇਣ ਨਹੀਂ, ਇੱਥੇ ਆ ਕੇ ਨੁਕਸਾਨ ਕਰਦੇ ਆ, ਫਲਾਣਾ ਕਰਦੇ ਆ, ਇਹ ਗੱਲ ਗਲਤ ਆ। ਕਮਲਾ ਹੈਰਿਸ ਜੇਕਰ ਰੂਲ ਕਰਦੇ ਆ, ਪ੍ਰੈਜ਼ੀਡੈਂਟ ਬਣਦੇ ਆ, ਤੇ ਕਿਹੜੀਆਂ ਕਿਹੜੀਆਂ ਉਹਨਾਂ ਨੂੰ ਚੈਲੰਜ ਜਿਹੜਾ ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ? ਮਹਿੰਗਾਈ ਜਿਹੜੀ ਆ ਉਹ ਤਾਂ ਕੰਟਰੋਲ ਹੋਈ ਆ, ਅੱਗੇ ਉਹਨਾਂ ਨੂੰ ਇਨਫਲੇਸ਼ਨ, ਕਿਉਂਕਿ ਇੰਟਰਸਟ ਇਹਨਾਂ ਨੇ ਅਪ ਕੀਤੇ ਸੀਗੇ, ਉਹ ਤਾਂ ਹੁਣ ਕਾਫੀ ਜ਼ਿਆਦਾ ਕੰਟਰੋਲਡ ਆ। ਜੇ ਕਿਸੇ ਨੇ ਫਸਟ ਟਾਈਮ ਘਰ ਲੈਣਾ, ਉਹਨੂੰ ਸਰਕਾਰ ਜਿਹੜੀ ਸਬਸਿਡੀ ਦਊਗੀ। ਜੀ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਅੱਜ ਅਸੀਂ ਪਹੁੰਚੇ ਹਾਂ ਜਸਪ੍ਰੀਤ ਸਿੰਘ ਲਾਅ ਆਫਿਸ। ਹਰ ਹਫ਼ਤੇ ਕੁਝ ਨਾ ਕੁਝ ਨਵਾਂ ਰਾਜਨੀਤੀ ਦੇ ਵਿੱਚ ਅਮੈਰੀਕਾ ਦੀ 'ਚ ਔਰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਗੱਲਬਾਤ ਅਸੀਂ ਜਸਪ੍ਰੀਤ ਸਿੰਘ ਅਟਾਰਨੀ ਹੋਰਾਂ ਨਾਲ ਕਰਦੇ ਹਾਂ, ਜਿਨ੍ਹਾਂ ਨੂੰ 25 ਤੋਂ 30 ਸਾਲ ਦਾ ਤਜ਼ਰਬਾ ਇਹਨਾਂ ਮੁਲਕਾਂ ਦੇ ਵਿੱਚ ਕਮਿਊਨਿਟੀ ਨੂੰ ਸਰਵ ਕਰ ਰਿਹਾ, ਭਾਵੇਂ ਇਮੀਗ੍ਰੇਸ਼ਨ ਦੀ ਗੱਲਬਾਤ ਹੋਵੇ ਜਾਂ ਫਿਰ ਗੱਲ ਹੋਵੇ ਰਾਜਨੀਤੀ ਦੀ। ਅਸੀਂ ਇਹਨਾਂ ਐਪੀਸੋਡਸ ਦੇ ਵਿੱਚ ਇਹਨਾਂ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਜਸਪ੍ਰੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਜਸਪ੍ਰੀਤ ਜੀ, ਇਸ ਵਕਤ ਰਾਜਨੀਤੀ ਦਾ ਮਾਹੌਲ ਕੀ ਕਹਿੰਦਾ ਹੈ ਅਤੇ ਹੇਸ਼ੀਅਨ ਦਾ ਜਿਹੜਾ ਮੁੱਦਾ ਹੈ ਉਹ ਭਖਦਾ ਜਾ ਰਿਹਾ ਹੈ, ਠੱਲ ਪਊਗੀ ਜਾਂ ਨਹੀਂ ਜੀ? ਦੇਖੋ, ਇਸ ਤਰ੍ਹਾਂ ਕਿ ਇਲੈਕਸ਼ਨ ਤੁਹਾਨੂੰ ਪਤਾ ਹੀ ਆ ਵੀ ਇੱਥੇ ਨਵੰਬਰ ਦਾ ਜਿਹੜਾ ਹੈਗਾ ਪਹਿਲੇ ਵੀਕ 'ਚ ਹੁੰਦੀ ਆ, ਅਤੇ ਹੁਣ ਜਿੰਨਾ ਟਾਈਮ ਘਟੀ ਜਾਂਦਾ। ਹਾਂਜੀ, ਅਤੇ ਹੁਣ ਤਕਰੀਬਨ ਆਲਮੋਸਟ 6-7 ਹਫ਼ਤੇ ਰਹਿ ਗਏ ਆ, ਬਲਕਿ ਹੁਣ ਜਿਹੜੇ ਕਈ ਸਟੇਟਾਂ 'ਚ ਤਾਂ ਮੇਲ ਇਨ ਬੈਲਟ ਸ਼ੁਰੂ ਹੋ ਜਾਣੇ ਆ, ਅਤੇ ਆਹ ਮਹੀਨੇ ਦੇ ਐਂਡ ਤੱਕ ਬੈਲਟ ਆਉਣ ਲੱਗ ਜਾਂਦੇ ਆ। ਸੋ ਵੋਟਿੰਗ ਤਾਂ ਹੁਣੇ ਹੀ ਸ਼ੁਰੂ ਹੋ ਜਾਂਦੀ, ਲੋਕਾਂ ਦੇ ਘਰ ਬੈਲਟ ਆ ਗਏ, ਉਹ ਮੇਲ ਕਰ ਦਿੰਦੇ ਆ। ਅਤੇ ਇਸ ਕਰਕੇ ਪੂਰੀ ਗਹਿਮਾ ਗਹਿਮੀ ਹੈ ਇਲੈਕਸ਼ਨ ਦੀ, ਪਰ ਉਹ ਫੈਸਲਾ ਉਹੀ ਜਿਹੜੀਆਂ 5 ਬੈਟਲ ਗਰਾਊਂਡ ਸਟੇਟਾਂ ਉਹਨਾਂ ਨੇ ਕਰਨਾ। ਉਹਨਾਂ ਦੇ ਵਿੱਚ ਜਿਹੜੀ ਕਮਲਾ ਹੈਰਿਸ ਆ ਉਹਦੀ ਲੀਡ ਹੈਗੀ ਆ, ਪਰ ਉਹ ਸਲਿਮ ਲੀਡ ਆ, ਇੰਨੀ ਜ਼ਿਆਦਾ ਨਹੀਂ ਹੈਗੀ ਵੀ ਆਪਾਂ ਇਹ ਕਹਿ ਦਈਏ ਵੀ ਸੇਫ ਹੈ, ਵੀ ਉਹ ਜਿੱਤੇ ਹੀ ਪਏ, ਇੱਦਾਂ ਦੀ ਕੋਈ ਗੱਲ ਨਹੀਂ। ਅਜੇ ਇਲੈਕਸ਼ਨ ਅਜੇ ਵੀ ਬਹੁਤ ਜ਼ਿਆਦਾ ਟਾਈਟ ਆ, ਪਰ ਜਿਹੜੀਆਂ ਆਹ ਸਟੇਟਾਂ ਨੇ ਜਿਵੇਂ ਕੈਲੀਫੋਰਨੀਆ ਹੋ ਗਈ, ਨਿਊਯਾਰਕ ਹੋ ਗਈ, ਜਿਹੜੀਆਂ ਹੈਵੀ ਡੈਮੋਕ੍ਰੈਟਿਕ ਆ, ਉੱਥੇ ਤਾਂ ਚਲੋ ਉਹਨਾਂ ਨੇ ਜਿੱਤੀ ਜਾਣਾ। ਇੱਦਾਂ ਜਿਵੇਂ ਟੈਕਸਸ, ਲੂਜ਼ੀਆਨਾ ਵਗੈਰਾ, ਉੱਥੇ ਟਰੰਪ ਨੇ ਜਿੱਤ ਜਾਣਾ। ਜਿਹੜਾ ਫੈਸਲਾ ਕਰਨਾ ਉਹ ਮਿਸ਼ੀਗਨ, ਵਿਸਕਾਨਸਿਨ, ਪੈਨਸਲਵੇਨੀਆ, ਨੌਰਥ ਕੈਰੋਲਾਈਨਾ, ਐਰੀਜ਼ੋਨਾ, ਨਵਾਡਾ, ਇਹਨਾਂ ਸਟੇਟਾਂ ਨੇ ਕਰਨਾ। ਅਤੇ ਉਹਨਾਂ ਦੇ ਵਿੱਚ ਲੀਡ ਕਮਲਾ ਹੈਰਿਸ ਦੀ ਹੈਗੀ ਆ, ਪਰ ਉਹ ਬੜੀ ਥੋੜ੍ਹੀ ਆ, ਅਤੇ ਇਸ ਕਰਕੇ ਉਹ ਕਈ ਵਾਰੀ ਉੱਤੇ ਥੱਲੇ ਵੀ ਹੋ ਜਾਂਦੀ, ਇੱਕ ਪੁਆਇੰਟ ਥੱਲੇ ਇੱਕ ਉੱਤੇ। ਪਰ ਉਹ ਇਸ ਟਾਈਮ 'ਤੇ ਮੋਮੈਂਟਮ ਜਿਹੜਾ ਹੈਗਾ ਖਾਸ ਕਰਕੇ ਯੰਗ ਬੰਦਿਆਂ 'ਚ, ਲੇਡੀਜ਼ ਦੇ ਵਿੱਚ, ਖਾਸ ਕਰਕੇ ਜਿਹੜੀਆਂ ਬਲੈਕ ਵੂਮਨ ਨੇ ਜਾਂ ਜਿਹੜੀਆਂ ਮਤਲਬ ਸਵਰਬਨ ਹੈਗੀਆਂ ਵੂਮਨ, ਜਾਂ ਜਿਹੜੇ ਆ ਅਨਮੈਰਿਡ ਨੇ ਜਾਂ ਛੋਟੀ ਉਮਰ ਦੀਆਂ 20-30 ਸਾਲ, ਉਹਨਾਂ ਦੇ ਵਿੱਚ ਕਾਫੀ ਉਹਦਾ ਕਰੇਜ਼ ਆ। ਜਿਹੜੇ ਮੇਲ ਨੇ ਜ਼ਿਆਦਾ ਉਮਰ ਦੇ 35-40 ਸਾਲ ਤੋਂ, ਉੱਤੇ ਉਹਨਾਂ ਜ਼ਿਆਦਾ ਟਰੰਪ ਦਾ ਆ। ਪਰ ਜਿਹੜੇ ਹੋਰ ਮੁੱਦੇ ਆ, ਜਿੱਦਾਂ ਇਮੀਗ੍ਰੇਸ਼ਨ ਹੋ ਗਈ ਜਾਂ ਇੱਦਾਂ ਦੇ ਮੁੱਦਿਆਂ 'ਤੇ, ਐਡਵਾਂਟੇਜ ਕਮਲਾ ਹੈਰਿਸ ਦਾ ਹੈਗਾ ਇਮੀਗ੍ਰੈਂਟਾਂ ਕੋਲ, ਪਰ ਜਿਹੜੇ ਇਮੀਗ੍ਰੇਸ਼ਨ ਦੇ ਖਿਲਾਫ਼ ਨੇ ਉਹ ਜ਼ਿਆਦਾ ਟਰੰਪ ਨੂੰ ਲਾਈਕ ਕਰਦੇ, ਕਿਉਂਕਿ ਪੋਲਿਸੀਆਂ ਬੜੀਆਂ ਸਖਤ ਆ ਇਮੀਗ੍ਰੇਸ਼ਨ 'ਤੇ। ਅਤੇ ਇਹਦੇ ਨਾਲ ਨਾਲ ਜਿਹੜੇ ਦੂਜੀਆਂ ਕਮਿਊਨਿਟੀ ਜਿਵੇਂ ਹਿਸਪੈਨਿਕ ਹੋ ਗਏ, ਬਲੈਕਸ ਹੋ ਗਏ, ਉਹਨਾਂ ਦੇ ਵਿੱਚ ਵੀ ਕਮਲਾ ਹੈਰਿਸ ਦੀ ਜ਼ਿਆਦਾ ਜਿਹੜੀ ਹੈਗੀ ਬੜਤ ਹੈਗੀ ਆ।
ਪਰ ਇੱਕ ਮਸਲਾ ਇਕੋਨਮੀ ਦਾ ਆ, ਇਕੋਨਮੀ ਦੇ ਉੱਤੇ ਜਿਹੜੇ ਲੋਕ ਨੇ ਉਹ ਜ਼ਿਆਦਾ ਟਰੰਪ ਨੂੰ ਇਹ ਕਹਿ ਰਹੇ ਆ ਵੀ ਉਹ ਜੇ ਆਇਆ ਤਾਂ ਇਕੋਨਮੀ ਹੋਰ ਬੈਟਰ ਹੋ ਸਕਦੀ ਆ, ਪਰ ਉਹ ਹੁਣ ਆਪਣੀ ਪੋਲਿਸੀ ਲੇਟ ਆਉਣ ਕਰੇ ਤਾਂ ਪਤਾ ਲੱਗੂਗਾ ਵੀ ਕਿੱਦਾਂ ਬੈਟਰ ਹੋਊਗੀ। ਅਤੇ ਪਰ ਇਹ ਆ ਵੀ ਫਿਲਹਾਲ ਇਕੋਨਮੀ ਠੀਕ ਚੱਲ ਰਹੀ ਆ, ਜੋਬਾਂ ਕ੍ਰੀਏਟ ਹੋ ਰਹੀਆਂ, ਇੰਟਰਸਟ ਰੇਟ ਵੀ ਘਟਾਇਆ ਫੈਡ ਨੇ, ਉਹਨਾਂ ਵੀ ਫਰਕ ਪਿਆ, ਪਰ ਟਾਈਮ ਥੋੜ੍ਹਾ ਰਹਿ ਗਿਆ। ਹੁਣ ਦੇਖਣ ਵਾਲੀ ਗੱਲ ਆ ਵੀ ਕੀ ਹੁੰਦਾ ਇਹ ਲਾਸਟ ਜਿਹੜੀ ਪੁਸ਼ ਆ ਉਹਦੇ 'ਤੇ ਡਿਪੈਂਡ ਕਰੂਗਾ, ਉਹੀ 5 ਸੀਟਾਂ 'ਤੇ ਕਰੂਗਾ। ਪਰ ਅਜੇ ਇਹ ਲੱਗ ਰਿਹਾ ਵੀ ਕਮਲਾ ਹੈਰਿਸ ਦਾ ਪਲੜਾ ਉਹਦੇ ਨਾਲ ਭਾਰਾ। ਅਤੇ ਜਿਹੜੀ ਗੱਲ ਹੈਗੀ ਆ ਤੁਸੀਂ ਕੀਤੀ ਆ ਏਸ਼ੀਅਨ ਦੀ, ਉਹ ਮੁੱਦਾ ਆਪਾਂ ਲਾਸਟ ਟਾਈਮ ਵੀ ਲਿਆ ਸੀਗਾ, ਉਹ ਅਜੇ ਤੱਕ ਵੀ ਮੁੱਦਾ ਜਿਹੜਾ ਚੱਲੀ ਜਾ ਰਿਹਾ, ਕਿਉਂਕਿ MSNBC ਨਾਲ ਇੰਟਰਵਿਊ ਕੀਤੀ ਸੀ ਕਮਲਾ ਹੈਰਿਸ ਨੇ ਪਿੱਛੇ ਜੇ, ਅਤੇ ਉਹਨਾਂ ਨੇ ਉਹ ਮੁੱਦਾ ਚੱਕਿਆ, ਉਹਨਾਂ ਨੇ ਕੰਡੈਮ ਕੀਤਾ ਕਿ ਜੋ ਟਰੰਪ ਅਤੇ ਉਹਦੀ ਟੀਮ ਜਾਂ ਜਿਹੜਾ ਉਹਦਾ VP ਕੈਂਡੀਡੇਟ ਆ JD ਵੈਂਸ, ਉਹਨੇ ਇਹਦੇ ਬਾਰੇ ਗੱਲ ਕਹੀ ਆ ਉਹ ਬਿਲਕੁਲ ਝੂਠ ਆ, ਉਹ ਇਹਨਾਂ ਨੂੰ ਬਦਨਾਮ ਕਰਨ ਵਾਲੀ ਗੱਲ ਆ। ਕਿਉਂਕਿ ਇਹਨਾਂ ਨੇ ਬੇਸਿਕਲੀ ਇਹ ਕਿਹਾ ਸੀ ਕਿ ਜਿਹੜੇ ਏਸ਼ੀਅਨ ਇਮੀਗ੍ਰੈਂਟ ਨੇ ਸਪ੍ਰਿੰਗਫੀਲਡ ਉਹ 'ਚ ਰਹਿੰਦੇ ਆ ਵੀ ਲੋਕਾਂ ਦੇ ਪੈਟ ਜਿਵੇਂ ਹੁੰਦੇ ਨੇ, ਕੁੱਤੇ ਬਿੱਲੀਆਂ ਲੋਕਾਂ ਨੇ ਪਾਲਿਆ ਘਰਾਂ 'ਚ ਵੀ ਉਹ ਮਾਰ ਕੇ ਖਾ ਜਾਂਦੇ ਆ, ਉਹਦੇ ਨਾਲ ਉਹਨਾਂ ਦੀ ਕਾਫੀ ਜ਼ਿਆਦਾ ਉਸ ਏਰੀਏ 'ਚ ਬਦਨਾਮੀ ਹੋਈ ਲੋਕਾਂ 'ਚ, ਇੱਕ ਦੋ ਵਾਰੀ ਬੰਬ ਸਕੇਅਰ ਵੀ ਹੋਇਆ, ਅਤੇ ਊਂ ਵੀ ਉੱਥੇ ਜਿਹੜੀ ਲੋ ਐਨਫੋਰਸਮੈਂਟਾਂ ਨੂੰ ਬਹੁਤ ਜ਼ਿਆਦਾ ਸਿਕਿਉਰਿਟੀ ਰੱਖਣੀ ਪੈ ਰਹੀ ਹੈ ਉਹਨਾਂ ਲਈ ਵੀ ਐਵੇਂ ਕੋਈ ਹਮਲਾ ਨਾ ਕਰ ਦੇਵੇ। ਅਤੇ ਲੇਕਿਨ ਜਦੋਂ ਉਹਦੀ ਛਾਣਬੀਣ ਕੀਤੀ ਗਈ, ਪਹਿਲਾਂ ਸਟੇਟ ਗੌਰਮੈਂਟ ਨੇ ਕੀਤੀ, ਜਿਹੜਾ ਸਟੇਟ ਓਹਾਇਓ ਦਾ ਜਿਹੜਾ ਗਵਰਨਰ ਹੈ ਉਹ ਰਿਪਬਲਿਕਨ ਆਪ ਟਰੰਪ ਦੀ ਪਾਰਟੀ ਦਾ, ਉਹਨੇ ਕਿਹਾ ਵੀ ਇਹ ਗਲਤ ਆ ਕਲੇਮ ਵੀ ਕਿਸੇ ਨੂੰ ਨਹੀਂ ਮਾਰਿਆ ਇਹਨਾਂ ਨੇ। ਫਿਰ ਲੋਕਲ ਜਿਹੜਾ ਮੇਅਰ ਆ ਪੁਲਿਸ ਆ ਉਹਨਾਂ ਨੇ ਕੀਤੀ, ਉਹਨਾਂ ਨੇ ਵੀ ਕਿਹਾ, ਫਿਰ ਫੈਡਰਲ ਗਵਰਮੈਂਟ ਨੇ ਕੀਤੀ, ਉਹਨਾਂ ਨੇ ਵੀ ਕਿਹਾ। ਤਾਂ ਉਹਨਾਂ ਨੇ ਬੇਸਿਕਲੀ ਇਹ ਗੱਲ ਕਹੀ ਕਿ ਸਾਰੇ ਜਿਹੜੇ ਹੈਗੇ ਆ ਇਹ ਚਾਰਜਸ ਮਤਲਬ ਗਲਤ ਨੇ, ਪਰ ਅਜੇ ਵੀ ਅਫਵਾਹ ਸੀ, ਪਰ ਅਜੇ ਵੀ ਜਿਹੜਾ ਟਰੰਪ ਹੈ ਅਤੇ ਉਹਦੀ ਟੀਮ ਆ ਉਹਨੂੰ ਮਤਲਬ ਬੈਕਆਊਟ ਨਹੀਂ ਕਰ ਰਹੇ, ਉਹ ਫਿਰ ਵੀ ਕਹੀ ਜਾਂਦੇ ਵੀ ਠੀਕ ਆ ਠੀਕ ਆ। ਅਤੇ ਇੱਥੋਂ ਤੱਕ ਵੀ ਜਿਹੜਾ JD ਵੈਂਸਾ ਨੂੰ ਪੁੱਛਿਆ ਗਿਆ ਕਿ ਜਿਹੜੀ ਉਹ ਲੇਡੀ ਆ ਜਿਹਨੇ ਅਫਵਾਹ ਉਡਾਈ ਸੀ ਜਾਂ ਕਿਹਾ ਸੀ, ਮੈਨੂੰ ਖਬਰ ਮਿਲੀ ਆ ਮੁੱਕਰ ਗਈ, ਉਹਨੇ ਕਿਹਾ ਵੀ ਮੇਰੇ ਤੋਂ ਗਲਤੀ ਹੋਈ ਆ ਵੀ ਇਹ ਤਾਂ ਇੱਕ ਸਹੀ ਨਹੀਂ ਹੈਗੀ, ਮੇਅਰ ਨੇ ਕਿਹਾ, ਗਵਰਨਰ ਨੇ ਕਿਹਾ ਵੀ ਸਹੀ ਨਹੀਂ ਖਬਰ, ਅਤੇ ਤੂੰ ਇਹਦੇ ਬਾਰੇ ਕੀ ਕਹਿ ਰਿਹਾ। ਉਹ ਕਹਿੰਦਾ ਨਹੀਂ ਵੀ ਸਹੀ ਤਾਂ ਵੀ ਕੀ ਫਰਕ ਪੈਂਦਾ ਵੀ ਇੱਦਾਂ ਦੀਆਂ ਕਹਾਣੀਆਂ ਕਈ ਵਾਰ ਬਣਾਉਣੀਆਂ ਪੈ ਜਾਂਦੀਆਂ ਲੋਕਾਂ ਨੂੰ ਇਸ਼ੂ ਹਾਈਲਾਈਟ ਕਰਨ ਲਈ। ਸੋ ਦੱਸੋ ਵੀ ਮਤਲਬ ਇਸ ਲੈਵਲ 'ਤੇ ਤੁਸੀਂ ਜੇ ਗੱਲ ਬਣਾਈ ਆ ਤਾਂ ਉਹ ਜਿਹੜੀ ਉਹ ਕਮਿਊਨਿਟੀ ਆ ਉਹਨੂੰ ਕਿੰਨਾ ਬਦਨਾਮ ਕੀਤਾ ਲੋਕਾਂ 'ਚ, ਟੈਗ ਮਿਲ ਜਾਂਦਾ, ਟੈਗ ਮਿਲ ਗਿਆ ਲੋਕਾਂ ਨੂੰ ਲੱਗਿਆ ਵੀ ਇਹ ਬੰਦੇ ਤਾਂ ਪਾਣੀ ਸੱਭਿਅਤ ਨਹੀਂ ਹੈਗੇ ਜਾਂ ਜੰਗਲੀ ਨੇ ਜਿਹੜੇ ਪੈਟ ਮਾਰ ਮਾਰ ਕੇ ਖਾ ਜਾਂਦੇ, ਕੁੱਤੇ ਬਿੱਲੀਆਂ ਨਹੀਂ ਛੱਡਦੇ। ਸੋ ਇਹ ਲੇਕਿਨ ਹੁਣ ਜਿਹੜਾ ਮੁੱਦਾ ਦੁਬਾਰਾ ਭਖਿਆ ਉਹ ਕਮਲਾ ਹੈਰਿਸ ਦੇ ਬਿਆਨ ਕਰਕੇ ਭਖਿਆ ਵੀ ਉਹਨਾਂ ਨੇ ਆ ਜਿਹੜਾ ਪਿੱਛੇ ਇੰਟਰਵਿਊ ਕੀਤੀ ਕੁਝ ਦਿਨ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਕੰਡੈਮ ਕੀਤਾ ਅਤੇ ਇਹਨੂੰ ਇਹ ਕਿਹਾ ਵੀ ਇਹ ਬਹੁਤ ਜ਼ਿਆਦਾ ਮਾੜੀ ਗੱਲ ਆ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਅਜੇ ਤੱਕ ਇਹ ਮੁੱਦਾ ਸਟਿਲ ਚੱਲ ਰਿਹਾ ਅਤੇ ਇਮੀਗ੍ਰੇਸ਼ਨ ਦਾ ਮੁੱਦਾ ਹੈਗਾ ਦੋਨੇ ਪਾਸੇ ਹੀ ਆ। ਜਿਹੜੇ ਤਾਂ ਲੋਕ ਇਮੀਗ੍ਰੇਸ਼ਨ ਦੇ ਅਗੇਂਸਟ ਨੇ ਉਹ ਜ਼ਿਆਦਾ ਟਰੰਪ ਨੂੰ ਲਾਈਕ ਕਰਦੇ ਆ ਕਿ ਉਹਦੀਆਂ ਪੋਲਿਸੀਆਂ ਸਖ਼ਤ ਨੇ, ਉਹ ਕਹਿੰਦਾ ਵੀ ਜ਼ਿਆਦਾ ਬੰਦੇ ਡਿਪੋਰਟ ਕਰੋ, ਬਾਰਡਰ ਸਖ਼ਤ ਕਰੋ, ਇਹ ਬੰਦੇ ਨਾ ਆਉਣ ਦਿਓ। ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਨੇ ਜਿਵੇਂ ਸਾਡੀ ਆ, ਜਿਵੇਂ ਆਪਾਂ ਇੰਡੀਆ ਤੋਂ ਆਏ ਹਾਂ ਜਾਂ ਆਪਣੀ ਜਿਹੜੀ ਜਿਹੜੇ ਆਪਣੇ ਇੰਡੀਅਨਸ ਕਹਿ ਲਓ ਜਾਂ ਪੰਜਾਬੀ ਕਹਿ ਲਓ, ਸਿੱਖ ਕਹਿ ਲਓ, ਇਹਦੇ ਨਾਲ ਨਾਲ ਜਿਵੇਂ ਏਸ਼ੀਅਨਸ ਕਹਿ ਲਓ ਜਿਹੜੇ ਏਸ਼ੀਆ ਦੇ ਹੋਰਾਂ ਮੁਲਕਾਂ ਤੋਂ ਨੇ, ਹਿਸਪੈਨਿਕ ਲੋਕ ਕਹਿ ਲਓ ਜਿਹੜੇ ਮਤਲਬ ਹਿਸਪੈਨਿਕ ਕੰਟਰੀਜ਼ ਤੋਂ ਆਏ, ਮੈਕਸੀਕੋ ਵਗੈਰਾ ਤੋਂ, ਇਹ ਸਾਰੇ ਇਮੀਗ੍ਰੇਸ਼ਨ ਦੇ ਹੱਕ 'ਚ ਹੁੰਦੇ ਆ। ਅਤੇ ਇਹਨਾਂ ਲਈ ਇਮੀਗ੍ਰੇਸ਼ਨ ਇੱਕ ਬੜਾ ਵੱਡਾ ਜਿਹੜਾ ਮੁੱਦਾ ਆ, ਅਤੇ ਜਿਹੜੀਆਂ ਇਮੀਗ੍ਰੇਸ਼ਨ ਨੀਤੀਆਂ ਕਮਲਾ ਹੈਰਿਸ ਦੀਆਂ ਨੇ ਉਹ ਲਾਈਕ ਕਰ ਰਹੇ ਆ। ਸੋ ਹਿਸਪੈਨਿਕ ਕਮਿਊਨਿਟੀ ਦੇ ਵਿੱਚ ਉਹਦੀ ਪਾਪੂਲੈਰਿਟੀ ਕਾਫੀ ਵੱਧ ਗਈ ਆ ਜਿਹੜੇ ਆ ਟਰੰਪ ਦੇ ਇਮੀਗ੍ਰੇਸ਼ਨ ਦੇ ਸਟੈਂਡ ਆ ਇਹਨਾਂ ਕਰਕੇ, ਅਤੇ ਕੁਛ ਜਿਹੜੀਆਂ ਉਹ ਬਦਨਾਮ ਕਰ ਰਹੇ ਆ ਇਹਨਾਂ ਨੂੰ, ਉਹਦੇ ਕਰਕੇ ਵੀ ਲੋਕਾਂ 'ਤੇ ਅਸਰ ਪਿਆ। ਮਤਲਬ ਕਾਫੀ ਲੋਕ ਨੇ ਜਿਹੜੇ ਨਹੀਂ ਵੀ ਇਮੀਗ੍ਰੈਂਟ ਹੈਗੇ, ਜਿਵੇਂ ਇੱਧਰ ਦੇ ਬੋਰ ਨੇ ਜਿਵੇਂ ਮਤਲਬ ਵਾਈਟ ਜਾਂ ਬਲੈਕ ਨੇ, ਉਹ ਵੀ ਕਹਿ ਰਹੇ ਆ ਵੀ ਇਹ ਗੱਲ ਅਲੱਗ ਆ ਵੀ ਲੋਕ ਜ਼ਿਆਦਾ ਆ ਰਹੇ ਪਰ ਇੱਦਾਂ ਬਦਨਾਮ ਕਰਨਾ ਉਹ ਗੱਲ ਗਲਤ ਆ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਇਲੈਕਸ਼ਨ 'ਤੇ ਅਸਰ ਪੈ ਰਿਹਾ। ਫਿਰ ਜਿਹੜਾ ਵੂਮੈਨ ਰਾਈਟ ਟੂ ਚੂਜ਼ ਆ ਉਹ ਵੀ ਇੱਕ ਵੱਡਾ ਮੁੱਦਾ, ਖਾਸ ਕਰਕੇ ਕਈ ਸਟੇਟਾਂ ਦੇ ਵਿੱਚ, ਉਹਦਾ ਵੀ ਅਸਰ ਜਿਹੜਾ ਇਲੈਕਸ਼ਨ 'ਤੇ ਪੈ ਰਿਹਾ।
ਜਸਪ੍ਰੀਤ ਜੀ, ਇਮੀਗ੍ਰੇਸ਼ਨ ਦੀ ਗੱਲ ਚੱਲ ਰਹੀ ਆ ਤਾਂ ਇੱਕ ਬੜਾ ਮੁੱਦਾ ਜਿਹੜਾ ਵੱਡਾ ਆਲ ਵਰਲਡ ਵਿੱਚ ਛਿੜਿਆ ਹੋਇਆ ਕਿ ਜੇਕਰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਾਂ ਇਮੀਗ੍ਰੈਂਟਸ ਦੇ ਨਾਲ ਸੰਬੰਧਿਤ ਇਹੋ ਜਿਹੇ ਮੁੱਦੇ ਇਨ ਫਿਊਚਰ ਆਉਣਗੇ ਤਾਂ ਬੜੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ CEO ਜਾਂ ਜਿਨ੍ਹਾਂ ਦੇ ਬੜੇ ਮੁੱਖ ਢਾਂਚੇ ਦੇ ਵਿੱਚ ਮੁਖੀ ਬਣ ਕੇ ਬੈਠੇ ਹੋਏ ਸਾਡੇ ਇੰਡੀਅਨ ਆ, ਸੋ ਕਿਤੇ ਨਾ ਕਿਤੇ ਇਹਨਾਂ ਕੰਪਨੀਆਂ ਨੂੰ ਅਸਰ ਪਊਗਾ ਜੇਕਰ ਇਹੋ ਜਿਹਾ ਇਨ ਫਿਊਚਰ ਕੋਈ ਕਾਨੂੰਨ ਬਣਦਾ ਇਮੀਗ੍ਰੇਸ਼ਨ ਨੂੰ ਲੈ ਕੇ ਤਾਂ? ਹਾਂ ਪਊਗਾ ਜੀ, ਕਿਉਂ ਨਹੀਂ ਪਊਗਾ, ਕਿਉਂਕਿ ਉਹਦੇ ਬਾਰੇ ਜਿਹੜੀ ਇਹ ਮੁਲਕੀ ਇਮੀਗ੍ਰੈਂਟਾਂ ਦਾ ਬਲਕਿ ਪਿੱਛੇ ਇੱਕ ਰਿਪੋਰਟ ਆਈ ਆ ਜੀ, ਜਿਹੜੀ ਇਹ ਕਹਿ ਰਹੀ ਹੈ ਕਿ ਜਿਹੜੀਆਂ Fortune 500 ਕੰਪਨੀਜ਼ ਨੇ ਅਮਰੀਕਾ ਦੀਆਂ ਜਿਹੜੀਆਂ ਕਿਸੇ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਕਰਦੀਆਂ ਜੀ, ਉਹਨਾਂ 'ਚੋਂ 46% ਕੰਪਨੀਜ਼ ਜਿਹੜੀਆਂ ਨੇ 500 'ਚੋਂ 230 ਉਹ ਇਮੀਗ੍ਰੈਂਟਸ ਨੇ ਬਣਾਈਆਂ ਨੇ ਜਾਂ ਇਮੀਗ੍ਰੈਂਟਸ ਦੇ ਬੱਚਿਆਂ ਨੇ ਬਣਾਈਆਂ ਨੇ, ਤਾਂ ਉਹਨਾਂ ਵਿੱਚੋਂ ਵੀ ਉਹ ਕਹਿ ਰਹੇ ਆ ਵੀ 22 CEO ਇੱਦਾਂ ਦੇ ਆ ਜਿਹੜੇ ਖੁਦ ਇਮੀਗ੍ਰੈਂਟ ਨੇ, ਅਜੇ ਬਾਹਰਲੇ ਮੁਲਕਾਂ ਤੋਂ ਆਏ ਨੇ, ਇੱਥੋਂ ਦੇ ਬੋਰਨ ਹੈ ਹੀ ਨਹੀਂ, ਅਤੇ ਉਹ ਹਜ਼ਾਰਾਂ ਜੋਬਾਂ ਅਮਰੀਕਾ ਦੇ ਵਿੱਚ ਉਹਨਾਂ ਨੇ 65,000-70,000 ਜੋਬਾਂ ਕ੍ਰੀਏਟ ਕੀਤੀਆਂ, ਵਰਲਡ ਵਾਈਡ ਬਹੁਤ ਜ਼ਿਆਦਾ ਕੀਤੀਆਂ ਨੇ ਜੀ, ਉਹਦੇ ਨਾਲ ਨਾਲ ਉਹਨਾਂ ਨੇ ਪਤਾ ਨਹੀਂ ਕਿੰਨੇ $1 trillion ਦਾ ਬਿਜ਼ਨਸ ਜਿਹੜਾ ਹੈਗਾ ਉਹ ਕੀਤਾ ਅਮੈਰੀਕਨ ਇਕੋਨਮੀ ਨੂੰ, ਸੋ ਇਹ ਬੜੀ ਵੱਡੀ ਗੱਲ ਆ ਕਿ ਅਮੈਰੀਕਾ ਦੇ ਵਿੱਚ ਜਿਹੜੀਆਂ 500 ਫੋਰਚੂਨ ਕੰਪਨੀ ਜਿਹੜੇ ਸਭ ਤੋਂ ਵੱਡੇ ਜਿਹੜੇ ਹੈਗੇ ਬਿਜ਼ਨਸ ਅਦਾਰੇ ਆ ਜੀ, ਉਹਨਾਂ ਵਿੱਚੋਂ 230 ਇਮੀਗ੍ਰੈਂਟਸ ਦੀਆਂ ਬਣਾਈਆਂ ਨੇ, ਸੋ ਇਹ ਇੱਥੋਂ ਹੀ ਪਤਾ ਲੱਗਦਾ ਵੀ ਕਿੰਨੀ ਕੁ ਦੇਣ ਆ ਇਮੀਗ੍ਰੈਂਟਸ ਦੀ। ਹੁਣ ਇਹ ਕਹਿਣਾ ਕਿ ਜਿਵੇਂ ਟਰੰਪ ਕਹਿੰਦਾ ਹਰੇਕ ਵਾਰੀ ਵੀ ਇਮੀਗ੍ਰੈਂਟਸ ਦੀ ਕੋਈ ਦੇਣ ਨਹੀਂ, ਇੱਥੇ ਆ ਕੇ ਨੁਕਸਾਨ ਕਰਦੇ ਆ, ਫਲਾਣਾ ਕਰਦੇ ਆ, ਇਹ ਗੱਲ ਗਲਤ ਆ, ਕਿਉਂਕਿ ਲੈਂਡ ਆਫ ਇਮੀਗ੍ਰੈਂਟਸ ਆ, ਇਮੀਗ੍ਰੈਂਟ ਚਾਹੇ ਕਿਸੇ ਫੀਲਡ 'ਚ ਆਉਂਦੇ ਆ, ਇਹ ਨਹੀਂ ਆਪਾਂ ਕਹਿ ਸਕਦੇ ਵੀ ਜਿਹੜੇ ਅਮੀਰ ਨੇ ਜਾਂ Fortune 500 ਕੰਪਨੀਆਂ ਚਲਾਉਂਦੇ ਜਾਂ ਡਾਕਟਰ ਇੰਜੀਨੀਅਰ ਨੇ, ਉਹਨਾਂ ਦਾ ਯੋਗਦਾਨ ਆ, ਜਿਹੜੇ ਫਾਰਮ 'ਚ ਕੰਮ ਕਰਦੇ ਆ, ਕੰਸਟਰਕਸ਼ਨ ਦਾ ਕੰਮ ਕਰਦੇ ਆ, ਟੈਕਸੀ ਚਲਾਉਂਦੇ ਆ, ਟਰੱਕ ਚਲਾਉਂਦੇ ਆ, ਉਹਦੇ ਨਾਲ ਨਾਲ ਗੈਸ ਸਟੇਸ਼ਨਾਂ 'ਤੇ ਕੰਮ ਕਰਦੇ, ਲਿਕਰ ਸਟੋਰਾਂ 'ਤੇ ਕਰਦੇ, ਉਹਨਾਂ ਦਾ ਵੀ ਉਨਾ ਹੀ ਯੋਗਦਾਨ ਆ, ਕਿਉਂਕਿ ਉਹ ਬਿਜ਼ਨਸ ਰਨ ਕਰਨ ਲਈ ਬੰਦੇ ਚਾਹੀਦੇ ਆ। ਹੁਣ ਪਿੱਛੇ ਜੇ ਇੱਕ ਸਟੱਡੀ ਆਈ ਆ ਵੀ ਕਈ ਸਟੇਟਾਂ, ਖਾਸ ਕਰਕੇ ਮਿਸ਼ੀਗਨ ਸਟੱਡੀ ਜਿਹੜੀ ਸਟੇਟ ਆ, ਉਹਦੀ ਪਾਪੂਲੇਸ਼ਨ ਘੱਟ ਰਹੀ ਆ, ਅਤੇ ਕਿਉਂਕਿ ਜਿਹੜੀ ਯੰਗਰ ਜਨਰੇਸ਼ਨ ਆ ਉਹ ਸਟੇਟ ਤੋਂ ਮੂਵ ਹੋ ਰਹੀ ਆ, ਸੋ ਅਮੈਰੀਕਾ ਜਿੱਦਾਂ ਕਈ ਸਟੇਟਾਂ ਨੇ ਜਿੱਥੇ ਕਿ ਜਦੋਂ ਮਾਂ ਬਾਪ ਤਾਂ ਉੱਥੋਂ ਦੇ ਹੈਗੇ ਜਾਂ ਜੋਬਾਂ ਲੱਗੀਆਂ ਉੱਥੇ ਉਹਨਾਂ ਨੂੰ ਪੁਰਾਣੀਆਂ, ਜਾਂ ਉੱਥੋਂ ਦੇ ਬੋਰਨ ਨੇ, ਬੱਚੇ ਉੱਥੇ ਰਹਿਣਾ ਲਾਈਕ ਨਹੀਂ ਕਰਦੇ, ਉਹ ਕੈਲੀਫੋਰਨੀਆ, ਟੈਕਸਸ ਜਾਂ ਨਿਊਯਾਰਕ ਮੂਵ ਹੋ ਰਹੇ ਆ, ਅਤੇ ਉਹ ਪਾਪੂਲੇਸ਼ਨ ਘੱਟ ਰਹੀ ਆ। ਹੁਣ ਜੇ ਉਹ ਪਾਪੂਲੇਸ਼ਨ ਇੱਦਾਂ ਹੀ ਘਟੀ ਗਈ ਤਾਂ ਉੱਥੇ ਦੀਆਂ ਜਿਹੜੀਆਂ ਲੋੜਾਂ ਨੇ ਜਾਂ ਕੰਮ ਕਰਨ ਵਾਸਤੇ ਬੰਦੇ ਚਾਹੀਦੇ ਉਹ ਕਿੱਥੋਂ ਆਉਣਗੇ? ਉਹ ਫਿਰ ਜਿਹੜੇ ਆ ਉਹ ਇਮੀਗ੍ਰੈਂਟਸ ਤੋਂ ਹੀ ਆਉਣਗੇ, ਸੋ ਅਗਲੇ 15-20 ਸਾਲਾਂ 'ਚ ਇੱਥੇ ਇਮੀਗ੍ਰੇਸ਼ਨ ਦੀ ਹੋਰ ਲੋੜ ਪੈਣੀ ਆ ਅਮੈਰੀਕਨ ਇਕੋਨਮੀ ਨੂੰ ਸਸਟੇਨ ਕਰਨ ਲਈ। ਸੋ ਇਸ ਕਰਕੇ ਇਹ ਰਿਪੋਰਟ ਜਿਹੜੀ ਆ ਇਹ ਦੱਸਦੀ ਆ ਵੀ ਕਿੰਨਾ ਕੁ ਯੋਗਦਾਨ ਆ। ਇਹਦਾ ਸਾਰਿਆਂ ਨੂੰ ਪਤਾ ਕਿ ਇੱਥੇ ਜਿਹੜਾ ਫਾਰਮਿੰਗ ਦਾ ਬਿਜ਼ਨਸ ਆ ਜਾਂ ਟਰੱਕਿੰਗ ਦਾ ਆ ਜਾਂ ਕੰਸਟਰਕਸ਼ਨ ਦਾ ਹੈਗਾ ਜਾਂ ਜਿਵੇਂ ਜਿਹੜਾ ਹੁੰਦਾ ਕਲੀਨਿੰਗ ਵਾਲੇ ਕਰੂਜ਼ ਹੁੰਦੇ ਨੇ ਜਾਂ ਗੈਸ ਸਟੇਸ਼ਨਾਂ ਦੇ ਵਰਕਰ ਹੋ ਗਏ, ਰੈਸਟੋਰੈਂਟਾਂ ਦੇ, ਇਹ ਸਾਰੇ ਇਮੀਗ੍ਰੈਂਟ ਕਰਦੇ ਆ। ਪਰ ਆਹ ਗੱਲ ਦਾ ਹੁਣ ਸਾਹਮਣੇ ਆਈ ਹੈ ਕਿ ਜਿਹੜੀਆਂ 500 ਫੋਰਚੂਨ ਕੰਪਨੀਆਂ ਵੱਡੀਆਂ ਜਿਨ੍ਹਾਂ ਦਾ ਕਿ ਵੱਡਾ ਬਿਜ਼ਨਸ ਆ ਮਤਲਬ ਅਮੈਰੀਕਾ 'ਚ, ਉਹਨਾਂ ਦੇ ਵਿੱਚੋਂ ਵੀ 46% ਆਲਮੋਸਟ ਅੱਧੀਆਂ ਇਮੀਗ੍ਰੈਂਟਸ ਦੀਆਂ ਬਣਾਈਆਂ ਹੋਈਆਂ। ਹੁਣ ਦੇਖ ਲਓ ਹਰ ਲੈਵਲ ਦੇ ਵਿੱਚ ਇਮੀਗ੍ਰੈਂਟਸ ਦਾ ਇੱਥੇ ਅਮੈਰੀਕਾ 'ਚ ਕਿੰਨਾ ਯੋਗਦਾਨ ਆ। ਇਹਦੇ ਨਾਲ ਨਾਲ ਜਿਹੜੇ ਪੜ੍ਹੇ ਲਿਖੇ ਲੋਕ ਨੇ, ਡਾਕਟਰ ਹੋ ਗਏ, ਇੰਜੀਨੀਅਰ ਹੋ ਗਏ, ਵਕੀਲ ਹੋ ਗਏ, ਅਕਾਊਂਟੈਂਟ ਹੋ ਗਏ, ਇਹਨਾਂ ਦਾ ਵੀ ਮਤਲਬ ਭਾਰੀ ਗਿਣਤੀ ਹੈ ਇੱਥੇ। ਜੀ ਜਸਪ੍ਰੀਤ ਜੀ, ਫਰਜ਼ ਕਰੋ ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦੇ ਹੋਏ ਕਮਲਾ ਹੈਰਿਸ ਜੇਕਰ ਰੂਲ ਕਰਦੇ ਆ, ਪ੍ਰੈਜ਼ੀਡੈਂਟ ਬਣਦੇ ਆ, ਅਤੇ ਕਿਹੜੀਆਂ ਕਿਹੜੀਆਂ ਉਹਨਾਂ ਨੂੰ ਚੈਲੰਜ ਜਿਹੜਾ ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ, ਜਿਵੇਂ ਹੁਣ ਮਹਿੰਗਾਈ ਨੂੰ ਆਪਾਂ ਸਾਰੇ ਫੇਸ ਕਰ ਰਹੇ ਹਾਂ, ਕੀ ਖਿਆਲ ਤੁਹਾਡਾ? ਮਹਿੰਗਾਈ ਜਿਹੜੀ ਆ ਉਹ ਤਾਂ ਕੰਟਰੋਲ ਹੋਈ ਆ, ਅਗਰ ਉਹਨਾਂ ਇਨਫਲੇਸ਼ਨ ਕਿਉਂਕਿ ਇੰਟਰਸਟ ਰੇਟਾਂ ਨੇ ਅਪ ਕੀਤੇ ਸੀਗੇ, ਉਹ ਤਾਂ ਹੁਣ ਕਾਫੀ ਜ਼ਿਆਦਾ ਕੰਟਰੋਲਡ ਆ, ਇਹਨਾਂ ਨੇ ਬਲਕਿ ਇੰਟਰਸਟ ਰੇਟ ਥੱਲੇ ਕਰਤੇ ਵੀ ਕੰਟਰੋਲ ਹੋ ਗਈ ਆ। ਇਹਦੇ 'ਚ ਜ਼ਿਆਦਾਤਰ ਜਿਹੜਾ ਚੈਲੰਜ ਇਹਨਾਂ ਅੱਗੇ ਤਾਂ ਜੋਬਾਂ ਕ੍ਰੀਏਟ ਕਰਨ ਦਾ ਹੀ ਆ ਵੀ ਹੋਰ ਜ਼ਿਆਦਾ ਇਕੋਨਮੀ ਗਰੋ ਕਰੇ, ਪਲੱਸ ਇਹਨਾਂ ਨੇ ਜਿਹੜਾ ਆਪਣਾ ਇਕਨੋਮਿਕ ਪ੍ਰੋਗਰਾਮ ਦਿੱਤਾ ਕਿ ਜੇ ਕਿਸੇ ਫਸਟ ਟਾਈਮ ਘਰ ਲੈਣਾ ਉਹਨੂੰ ਸਰਕਾਰ ਜਿਹੜੀ ਸਬਸਿਡੀ ਦਊਗੀ ਜਾਂ ਉਹਨੂੰ ਉਹਦੀ ਹੈਲਪ ਕਰੂਗੀ, ਉਹਦੇ ਨਾਲ ਨਾਲ ਜਿਹੜੀ ਰਿਨਿਊਬਲ ਐਨਰਜੀ ਆ ਉਹਦੇ ਸੋਰਸ ਬਣਾਏ ਜਾਣਗੇ, ਜਿੱਦਾਂ ਅਮੈਰੀਕਾ ਦੇ ਵਿੱਚ ਜਿਹੜਾ ਇੱਕ ਇਹਨਾਂ ਨੇ ਹੁਣ ਬਿੱਲ ਪਾਸ ਕੀਤਾ ਸੀਗਾ ਬਾਈਡਨ ਨੇ ਇਨਫਰਾਸਟ੍ਰਕਚਰ ਬਿੱਲ, ਉਹ 'ਚ ਕਾਫੀ ਪੈਸਾ ਰੱਖਿਆ ਸੀ ਕਿ ਜਿੱਦਾਂ ਆ ਸੋਲਰ ਲਈ
ਜਾਂ ਇਲੈਕਟ੍ਰਿਕ ਗੱਡੀਆਂ ਲਈ ਜਾਂ ਉਹਨਾਂ ਦੇ ਕੰਪੋਨੈਂਟਸ ਲਈ ਉਸ ਕਿਸਮ ਦਾ ਜਿਹੜਾ ਫਿਊਚਰ ਜਨਰੇਸ਼ਨ ਨੂੰ ਲੋੜ ਆ ਉਹ ਬਣੂਗਾ। ਉਹਦੇ ਨਾਲ ਨਾਲ ਫਿਰ ਜਿਹੜੀ ਹੋਰ ਜਿਹੜੀ ਹੈਗੀ ਇੰਡਸਟਰੀ ਉਹ ਲੱਗਣੀ ਚਾਹੀਦੀ ਆ, ਚਾਹੇ ਮਤਲਬ ਕਿਸੇ ਤਰ੍ਹਾਂ ਦੀ ਵੀ ਲੱਗੇ, ਇਹਨਾਂ ਕਿ ਜੋਬਾਂ ਕ੍ਰੀਏਟ। ਸੋ ਜੋਬ ਵੱਡੀ ਗੱਲ ਤਾਂ ਇਕੋਨਮੀ ਨੂੰ ਬੂਸਟ ਕਰਨ ਵਾਸਤੇ ਜੋਬ ਕ੍ਰੀਏਸ਼ਨ ਆ, ਸੋ ਉਹ ਆ ਉਹਦੇ ਨਾਲ ਹੀ ਲੋਕਾਂ ਨੂੰ ਫਿਰ ਲੱਗੂਗਾ ਵੀ ਸਾਡੀ। ਅਤੇ ਦੂਜੀ ਵੇਜ ਦਾ ਵੀ ਹੈਗਾ ਵੀ ਜਿਹੜੀ ਵੇਜ ਹੈਗੀ ਉਹ ਥੋੜ੍ਹੀ ਉੱਪਰ ਜਾਵੇ, ਕਿ ਜੇ ਹੁਣ ਜੇ ਵੇਜ ਉੱਪਰ ਜਾਊਗੀ ਤਾਂ ਹੀ ਬੰਦੇ ਨੂੰ ਇਹ ਜਿਹੜਾ ਮਹਿਸੂਸ ਹੋਊਗਾ ਵੀ ਮੇਰੀ ਇਨਕਮ ਵਧੀ ਅੱਗੇ ਨਾਲੋਂ ਅਤੇ ਮੈਂ ਹੁਣ ਜ਼ਿਆਦਾ ਸਪੈਂਡ ਕਰ ਸਕਦਾ। ਸੋ ਇਹ ਇਹਨਾਂ ਅੱਗੇ ਚੈਲੰਜ ਹੈਗਾ, ਲੇਕਿਨ ਇਹਦੇ ਨਾਲ ਨਾਲ ਫਿਰ ਪਰ ਇਕੋਨਮੀ ਸਟਰੋਂਗ ਆ, ਜੇ ਇਕੋਨਮੀ 'ਚ ਕੋਈ ਇੱਦਾਂ ਦੀ ਨਹੀਂ ਹੈਗੀ ਵੀ ਕੋਈ ਸਲੋਅ ਹੋ ਰਹੀ ਹੈ ਜਾਂ ਰਿਸੈਸ਼ਨ ਆ ਰਿਹਾ, ਵੱਡਾ ਚੈਲੰਜ ਇਹਨਾਂ ਅੱਗੇ ਇਹੀ ਹੈ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਸਪ੍ਰੀਤ ਜੀ, ਬੜੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਬੜੇ ਅਹਿਮ ਵਿਸ਼ਿਆਂ 'ਤੇ ਆਪਾਂ ਗੱਲਬਾਤ ਕੀਤੀ ਇਸ ਐਪੀਸੋਡ ਦੇ ਵਿੱਚ। ਸੋ ਉਮੀਦ ਕਰਦੀ ਹਾਂ ਤੁਹਾਨੂੰ ਕਾਫੀ ਕੁਝ ਸਮਝਣ ਨੂੰ ਜਿਹੜਾ ਮਿਲਿਆ ਹੋਊਗਾ, ਕਿਉਂਕਿ ਆਪਾਂ ਕਾਫੀ ਸਮੇਂ ਤੋਂ ਇਹ ਐਪੀਸੋਡ ਜਸਪ੍ਰੀਤ ਸਿੰਘ ਹੋਰਾਂ ਨਾਲ ਕਰ ਰਹੇ ਹਾਂ। ਸੋ ਇਸੇ ਤਰ੍ਹਾਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।